ਇਹ ਆਪਣੀ ਕਰਿਆਨੇ ਦੀ ਦੁਕਾਨ ਦੀ ਆੜ ਹੇਠ ਵਿੱਚ ਨਸ਼ੀਲੀਆਂ ਗੋਲੀਆਂ ਅਤੇ ਹੋਰ ਨਸ਼ੀਲੇ ਜਿਹੜੇ ਪਦਾਰਥ ਵੇਚਣ ਦਾ ਧੰਦਾ ਕਰਦੀ ਹੈ। ਫਿਰ ਉਹਨੇ ਇਸ ਤਲਾਹ 'ਤੇ ਫਿਰ ਅਮਨਦੀਪ ਕੌਰ ਨੇ ਆਪਣੇ ਸਵੇਰ ਸਟਾਫ ਦੀ ਜਿਹੜੀ ਦੁਕਾਨ 'ਤੇ ਜਾ ਕੇ ਰੇਡ ਕੀਤਾ। ਜਿਹੜੀ ਕਮਲੇਸ਼ ਰਾਣੀ ਸੀ ਨਾ, ਇਹ ਦੁਕਾਨ ਦੇ ਬਾਹਰ ਹੀ ਇੱਕ ਕਾਲਾ ਵੱਡਾ ਲਫਾਫਾ ਇਹਦੇ ਹੱਥ ਵਿੱਚ ਹੀ ਫੜਿਆ ਸੀ। ਉਸ ਤੋਂ ਬਾਅਦ ਜਿਹੜੇ ਫਿਰ ਲਫਾਫੇ ਜਿਹੜਾ ਹੱਥ 'ਚ ਫੜਿਆ, ਉਹਨੂੰ ਚੈੱਕ ਕਰਨਾ ਵੀ ਇਹਦੇ ਵਿੱਚ ਤੇਰੇ ਕੋਲ ਸਮਾਨ ਹੈ। ਲਫਾਫੇ ਦੇ ਵਿੱਚੋਂ ਕਰੀਬ 1500 ਇੰਟੋਕਸੀਕੈਂਟ ਟੇਬਲੇਟ ਜਿਹੜੀਆਂ ਜੀ ਵੱਖ ਦੋ ਤਰ੍ਹਾਂ ਦੇ ਬਰਾਮਦ ਹੋਈਆਂ ਜੀ, ਖੁੱਲੀਆਂ ਗੋਲੀਆਂ ਸੀ। ਉਹਦੇ ਵਿੱਚ 9050 ਰੁਪਏ ਡਰੱਗ ਮਨੀ ਬਰਾਮਦ ਹੋਈ। ਇਸ ਤੋਂ ਬਾਅਦ 'ਚ ਬਰਾਮਦ ਹੋਣ ਤੋਂ ਬਾਅਦ ਫਿਰ ਇਹਦੀ ਦੁਕਾਨ ਦੀ ਸਰਚ ਕੀਤੀ ਹੈ। ਦੁਕਾਨ ਦੇ ਅੰਦਰੋਂ ਇੱਕ ਲੱਕੜ ਦਾ ਬਾਕਸ ਪਿਆ ਸੀ, ਉਹਦੇ ਵਿੱਚੋਂ 21 ਮੋਬਾਈਲ ਵੱਖ ਵੱਖ ਮਾਰਕਾਂ, ਹਾਂਜੀ, ਅਤੇ ਦੋ ਘੜੀਆਂ ਜੀ, ਇੱਕ ਕੈਮਰਾ, 490 ਜਿਹੜੇ ਆ ਸਰਿੰਜਾਂ ਮਿਲੀਆਂ ਜੀ, 490। ਇਹ ਮਾਮਲਾ ਹੈ ਜੀ ਮਾਨਯੋਗ SSP ਸਾਹਿਬ ਸ੍ਰੀ ਧਰਮਲ ਐਚ ਨਵਾਲੇ IPS ਦੇ ਦਿਸ਼ਾ ਨਿਰਦੇਸ਼ ਹੇਠ DSP ਸਰ ਕੁਲਜਿੰਦਰ ਸਿੰਘ ਸਾਬੜੀ ਦੀ ਪੱਟੀ ਦੀ ਅਗਵਾਈ ਹੇਠ ਅਸੀਂ ਕੱਲ੍ਹ ਲੇਡੀ SI ਅਮਨਦੀਪ ਕੌਰ ਅਤੇ ਸਮੀਰ ਪੁਲਿਸ ਪਾਰਟੀ ਗਸ਼ਤ ਦੇ ਸੰਬੰਧ ਵਿੱਚ ਪੱਟੀ ਸ਼ਹਿਰ ਦੇ ਵਿੱਚ ਮੌਜੂਦ ਸੀ ਕਿ ਇਹਨਾਂ ਨੂੰ ਜਦੋਂ ਇਹ ਸ਼ਹੀਦ ਭਗਤ ਸਿੰਘ ਸਕੂਲ ਲੱਗ ਕੇ ਪੁੱਜੇ ਤਾਂ ਇਹਨਾਂ ਨੂੰ ਇਤਲਾਹ ਮਿਲੀ ਕਿ ਇੱਕ ਕਮਲੇਸ਼ ਰਾਣੀ ਹੈ ਪਤਨੀ ਲੇਟ ਵਿਜੇ ਕੁਮਾਰ ਵਾਰਡ ਨੰਬਰ 5, ਇਹਦੀ ਜਿਹੜੀ ਦੁਕਾਨ ਹੈ ਸਿੰਗਲ ਬਸਤੀ ਨੂੰ ਜਾਂਦੇ ਰਸਤੇ ਦੇ ਉੱਤੇ ਆ, ਜਿਹੜਾ ਕ੍ਰਿਮੀਨਲ ਏਰੀਆ ਉਸ ਇਲਾਕੇ ਦੇ ਵਿੱਚ ਇੱਕ ਦੁਕਾਨ ਹੈ ਜੀ। ਇਹ ਆਪਣੀ ਕਰਿਆਨੇ ਦੀ ਦੁਕਾਨ ਦੀ ਆੜ ਹੇਠ ਵਿੱਚ ਨਸ਼ੀਲੀਆਂ ਗੋਲੀਆਂ ਅਤੇ ਹੋਰ ਨਸ਼ੀਲੇ ਜਿਹੜੇ ਪਦਾਰਥ ਵੇਚਣ ਦਾ ਧੰਦਾ ਕਰਦੀ ਹੈ। ਫਿਰ ਉਹਨੇ ਇਸ ਤਲਾਹ 'ਤੇ ਫਿਰ ਅਮਨਦੀਪ ਕੌਰ ਨੇ ਆਪਣੇ ਸਵੇਰ ਸਟਾਫ ਦੀ ਜਿਹੜੀ ਦੁਕਾਨ 'ਤੇ ਜਾ ਕੇ ਰੇਡ ਕੀਤਾ। ਜਿਹੜੀ ਕਮਲੇਸ਼ ਰਾਣੀ ਸੀ ਨਾ, ਇਹ ਦੁਕਾਨ ਦੇ ਬਾਹਰ ਹੀ ਇੱਕ ਕਾਲਾ ਵੱਡਾ ਲਫਾਫਾ ਇਹਦੇ ਹੱਥ ਵਿੱਚ ਹੀ ਫੜਿਆ ਸੀ ਅਤੇ ਖੜੀ ਸੀ। ਇਹਨੂੰ ਜਾ ਕੇ ਅਮਨਦੀਪ ਕੌਰ ਨੇ ਨਾਂ ਪਤਾ ਪੁੱਛਿਆ, ਉਹਨੇ ਆਪਣਾ ਨਾਂ ਦੱਸਿਆ ਵੀ ਮੇਰਾ ਨਾਂ ਆਹ ਵਾ ਜੀ। ਅਤੇ ਉਸ ਤੋਂ ਬਾਅਦ ਜਿਹੜੇ ਫਿਰ ਲਫਾਫੇ ਜਿਹੜਾ ਹੱਥ 'ਚ ਫੜਿਆ, ਉਹਨੂੰ ਚੈੱਕ ਕਰਨਾ ਵੀ ਇਹਦੇ ਵਿੱਚ ਤੇਰੇ ਕੋਲ ਸਮਾਨ ਹੈ। ਉਹਨੇ ਇਹਨੇ ਕਿਹਾ ਵੀ ਮੈਂ ਜਿਹੜੀ ਆਪਣੀ ਤਲਾਸ਼ੀ ਕਿਸੇ ਗਾਈਡ ਦਸਤਰ ਦੀ ਜਿਹੜੀ ਹਾਜ਼ਰੀ 'ਚ ਕਰਾਉਣੀ ਹੈ ਜੀ। ਇਸ ਤੋਂ ਬਾਅਦ ਸ਼੍ਰੀ ਕੁਲਜਿੰਦਰ ਸਿੰਘ DSP ਸਬ ਡਿਵੀਜ਼ਨ ਪੱਟੀ ਨੂੰ ਮੌਕੇ 'ਤੇ ਬੁਲਾਇਆ ਜੀ। ਉਹਨਾਂ ਦੇ ਜਾ ਕੇ ਉਹਨਾਂ ਦੱਸਿਆ ਵੀ ਮੈਂ DSP ਪੱਟੀ ਲੱਗਾ, ਆਪਣੀ ਪਹਿਚਾਣ ਕਰਵਾਈ ਹੈ ਜੀ। ਫਿਰ ਇਹਦੇ ਹੱਥ 'ਚ ਫੜਿਆ ਲਫਾਫਾ, ਚੈੱਕ ਕੀਤਾ, ਲਫਾਫੇ ਦੇ ਵਿੱਚੋਂ ਕਰੀਬ 1500 ਇੰਟੋਕਸੀਕੈਂਟ ਟੇਬਲੇਟ ਜਿਹੜੀਆਂ ਜੀ ਵੱਖ ਦੋ ਤਰ੍ਹਾਂ ਦੇ ਬਰਾਮਦ ਹੋਈਆਂ ਜੀ, ਖੁੱਲੀਆਂ ਗੋਲੀਆਂ ਸੀ। ਉਹਦੇ ਵਿੱਚ 9050 ਰੁਪਏ ਡਰੱਗ ਮਨੀ ਬਰਾਮਦ ਹੋਈ। ਇਸ ਤੋਂ ਬਾਅਦ 'ਚ ਬਰਾਮਦ ਹੋਣ ਤੋਂ ਬਾਅਦ ਫਿਰ ਇਹਦੀ ਦੁਕਾਨ ਦੀ ਸਰਚ ਕੀਤੀ ਹੈ। ਦੁਕਾਨ ਦੇ ਅੰਦਰੋਂ ਇੱਕ ਲੱਕੜ ਦਾ ਬਾਕਸ ਪਿਆ ਸੀ, ਉਹਦੇ ਵਿੱਚੋਂ 21 ਮੋਬਾਈਲ ਵੱਖ ਵੱਖ ਮਾਰਕਾਂ, ਹਾਂਜੀ, ਅਤੇ ਦੋ ਘੜੀਆਂ ਜੀ, ਇੱਕ ਕੈਮਰਾ, 490 ਜਿਹੜੇ ਆ ਸਰਿੰਜਾਂ ਮਿਲੀਆਂ ਜੀ, 490, 19 ਲੀਟਰ, 48 ਡਿਸਟਿਲਡ ਵਾਟਰ ਦਾ ਛੋਟੇ ਛੋਟੇ ਜਿਹੜਾ ਛੋਟੇ ਪਾਣੀ ਦੀਆਂ ਬੋਤਲਾਂ ਹੁੰਦੀਆਂ, ਜਦੋਂ ਕੋਈ ਇਹ ਟੀਕਾ ਵਗੈਰਾ ਲਾਉਂਦੇ ਉਹ ਪਾਣੀ ਉਹ ਪਾਉਂਦੇ ਵਰਤਦੇ ਆ ਜੀ। ਇਹ ਚੀਜ਼ਾਂ ਬਰਾਮਦ ਹੋਈਆਂ। ਇਹਨੂੰ ਪੁੱਛਿਆ ਵੀ ਇਹ ਮੋਬਾਈਲ ਇਹ ਕਾਹਦੇ, ਕਹਿੰਦੀ ਵੀ ਜਦੋਂ ਸਾਡੇ ਕੋਲ ਲੋਕ ਕੋਈ ਨਸ਼ੇ ਵਾਲੇ ਜਿਹੜੇ ਸਾਡੇ ਕੋਲ ਨਸ਼ਾ ਲੈਣ ਆਉਂਦੇ, ਕਈਆਂ ਦੇ ਕੋਲ ਪੈਸੇ ਨਹੀਂ ਹੁੰਦੇ, ਉਹ ਸਾਨੂੰ ਕੋਈ ਇੱਦਾਂ ਮੋਬਾਈਲ ਦੇ ਜਾਂਦੇ ਆ, ਮੈਂ ਜਿਹੜੇ ਜਿੱਡਾ ਮਰਜ਼ੀ ਮਹਿੰਗਾ ਫੋਨ ਹੋਏ ਮੈਂ ਤੁਹਾਡੇ 100-200 ਰੁਪਏ ਦੇ ਵਿੱਚ ਰੱਖ ਲੈਂਦੀ ਹਾਂ ਜੀ। ਜਿਹੜੀਆਂ ਘੜੀਆਂ ਉਹ ਵੀ ਨੇ ਇਸੇ ਤਰ੍ਹਾਂ 100-50 ਰੁਪਏ ਦੇ ਵਿੱਚ ਲਈਆਂ ਜੀ। ਕੈਮਰਾ ਵੀ ਇਸੇ ਤਰ੍ਹਾਂ ਲਿਆ ਨੇ, ਅਤੇ ਉਹ ਜਿਹੜੇ ਕੈਮਰੇ ਵੱਖ ਵੱਖ ਜਿਹੜੇ ਅਸੀਂ ਬਰਾਮਦ ਕੀਤੇ ਆ ਜੀ, ਉਹਨਾਂ ਹੀ ਜਿਹੜੇ ਕਹੇ ਹੁੰਦੇ ਸਾਡੇ ਕੋਲ ਮੋਬਾਈਲ ਬਰਾਮਦ ਹੋਏ ਸੀ, ਉਹਨਾਂ ਦੀ ਮਾਲਕੀ ਬਾਰੇ ਵੀ ਤਸਦੀਕ ਕਰ ਰਹੇ ਨੇ ਜੀ। ਉਸ ਤੋਂ ਬਾਅਦ ਫਿਰ ਇਹਦੇ ਖਿਲਾਫ਼ ਮੁਕਰਮਾ ਨੰਬਰ 103 82 ਦਰਜ ਕਰਤਾ ਜੀ, ਅਰੈਸਟ ਪਾਈ ਆ। ਅੱਜ ਅਸੀਂ ਇਹਨੂੰ ਕੋਰਟ 'ਚ ਪੇਸ਼ ਕਰਨ ਲੱਗੇ ਜੀ। ਕੋਰਟ 'ਚ ਪੇਸ਼ ਕਰਕੇ ਤਾਂ ਰਿਮਾਂਡ ਹਾਸਲ ਕਰਾਂਗੇ, ਫਿਰ ਇਹ ਪਤਾ ਕਰਾਂਗੇ ਕਿ ਇਹ ਜਿਹੜੀਆਂ ਨਸ਼ੀਲੀਆਂ ਗੋਲੀਆਂ ਇੱਕ ਬਜ਼ੁਰਗ ਜਾਂ ਮਾਤਾ ਇਹ ਆਪ ਲੈ ਕੇ ਆਉਂਦੀ ਹੈ ਕਿ ਜਾਂ ਇਹਨੂੰ ਕੋਈ ਦੇ ਕੇ ਜਾਂਦਾ। ਇਸ ਤੋਂ ਬਾਅਦ ਜਿਹੜੀ ਸਾਡੀ ਤਫਤੀਸ਼ ਜਾਰੀ ਹੈ ਜੀ। ਇਹ ਸਾਨੂੰ ਪਤਾ ਲੱਗਾ ਕਿ ਪਹਿਲੋ ਇਹਦਾ ਜਿਹੜਾ ਘਰ ਵਾਲਾ ਵਿਜੇ ਕੁਮਾਰ ਪਹਿਲੋ ਉਹ ਕਰਦਾ ਹੁੰਦਾ ਸੀ, ਇੱਕ ਮਹੀਨਾ ਪਹਿਲੋ ਉਹਦੀ ਮੌਤ ਹੋ ਗਈ ਹੈ ਜੀ। ਅਤੇ ਉਹ ਮਰਨ ਤੋਂ ਬਾਅਦ ਹੁਣ ਇਹ ਮਾਤਾ ਨੇ ਉਹੀ ਜਿਹੜੇ ਗਾਹਕ ਲੱਗੇ ਸੀ ਉਹਨਾਂ ਦੇ ਕੋਲ ਇਹਨੇ ਸ਼ੁਰੂ ਕਰਤਾ ਜੀ ਧੰਦਾ ਉਹਨੇ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ।
ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਨੂੰ, ਜੋ ਕਰਦੇ ਨੇ ਮੁਫਤ ਸੇਵਾ ਮੁਫਤ ਸਮਾਧਾਨ।